ਬੇਦਬੀਆ ਦਾ ਜਿਹੜਾ ਇੱਕ ਸਜ਼ਾ ਹੋਈ ਆ, ਕਹਿ ਰਹੇ ਕਿ 15 ਤੋਂ ਲੈ ਕੇ 22 ਤੱਕ 3 ਮੁੱਖ ਮੰਤਰੀ ਬਣ ਗਏ, ਲੇਕਿਨ ਐਕਸ਼ਨ ਅਸੀਂ ਕੀਤਾ, ਦੁਸ਼ਯੰਤ ਨੂੰ ਸਜ਼ਾ ਹੋਈ। ਜਗਤਾਰ, ਤੁਸੀਂ ਤਾਂ ਬਹੁਤ ਸਿਆਣੇ ਹੋ, ਤੁਸੀਂ ਤਾਂ ਬਹੁਤ ਏਰੀਏ 'ਤੇ ਕੰਮ ਕੀਤਾ, ਬੀਂਗ ਏ ਰਿਪੋਰਟਰ, ਬੀਂਗ ਏ ਪੰਜਾਬ ਦਾ ਨਾਗਰਿਕ, ਮੈਂ ਤੁਹਾਨੂੰ ਸੁਣਦਾ ਰਹਿੰਦਾ ਹੈ, ਔਰ ਬੀਂਗ ਏ ਗੁਰਸਿੱਖ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਰੱਖਣ ਵਾਸਤੇ ਉਹਨੂੰ ਆਪਦਾ ਪਿਓ ਮੰਨ, ਅਸੀਂ ਸਾਰੇ ਲੋਕ ਮੰਨਦੇ ਹਾਂ। ਸਾਡੇ ਤੋਂ ਵੀ ਦੇਰੀ ਹੋਈ, ਉਹ ਚਲਾਨ ਪਹਿਲਾਂ ਪੇਸ਼ ਹੋ ਜਾਣਾ ਚਾਹੀਦਾ ਸੀ, ਪਰ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ। ਦੋ ਲੋਕ ਛੁੱਟੇ ਵੀ ਹੈ ਵਿੱਚੋਂ, 3 ਸਾਲ ਦੀ ਸਜ਼ਾ ਹੋਈ ਹੈ। ਲੇਕਿਨ ਮੈਂ ਫਿਰ ਉੱਥੇ ਹੀ ਸਵਾਲ ਕਰਦਾ, ਆਖਿਰ ਤੂੰ ਕੌਣ? ਮੈਂ ਖਾਮ ਖਾਮ 19 ਦੇ ਵਿੱਚ ਇਹ ਚਲਾਨ ਪੇਸ਼ ਹੋ ਜਾਂਦਾ ਹੈ, ਫਿਰ ਉਸ ਤੋਂ ਬਾਅਦ ਚਾਰਜਸ਼ੀਟ ਫਾਈਲ ਹੋ ਜਾਂਦੀ ਹੈ। 3 ਮਹੀਨਿਆਂ 'ਚ ਐਸਾ ਕਿਹੜਾ ਇਹਨਾਂ ਨੇ ਡਾਕੂਮੈਂਟ ਲਾਤਾ ਜਿਹਦੇ ਕਰਕੇ ਉਹਨਾਂ ਨੂੰ ਸਜ਼ਾ ਹੋਈ? ਤੁਸੀਂ ਬਿਲਕੁਲ ਇਹ ਕਹੋ, ਤੁਸੀਂ ਇਹ ਗੱਲ ਕਹਿਣੀ ਵਾਜੋ ਮੰਨਦੀ ਹੈ ਕਿ ਇਹ ਫੈਸਲਾ ਅੱਜ ਤੋਂ 3 ਸਾਲ ਪਹਿਲਾਂ ਆ ਜਾਣਾ ਚਾਹੀਦਾ ਸੀ ਜੋ ਆਇਆ। ਇਹ ਕਿਤੇ ਨਾ ਕਿਤੇ ਸਰਕਾਰ ਦੀ ਨਲਾਇਕੀ ਹੈ, ਸਿੱਟ ਸਾਡੇ ਸਮੇਂ ਬਣੀ। ਮੈਂ ਬਿਲਕੁਲ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ ਕਾਂਗਰਸ ਪਾਰਟੀ ਨੂੰ, ਲੇਕਿਨ ਕਾਂਗਰਸ ਪਾਰਟੀ ਨੇ ਚਾਹੇ ਦਬਾਅ 'ਚ, ਚਾਹੇ ਅਮਰਿੰਦਰ ਸਿੰਘ ਨੇ ਮਹੀਨਿਆਂ 'ਚ ਲੋਕਾਂ ਨੇ ਮਹੀਨੇ ਮਾਰੇ ਗੱਲਾਂ ਕੀਤੀਆਂ, ਲੇਕਿਨ ਸਿੱਟ ਬਣਾਈ। ਖੱਟਰਾ ਦੀ ਰਿਪੋਰਟ ਹੋਈ DIG ਸਾਹਿਬ ਦੀ, ਉਸ ਰਿਪੋਰਟ 'ਤੇ, ਉਸ ਚਲਾਨ ਦੇ ਆਧਾਰ 'ਤੇ ਚਾਰਜਸ਼ੀਟ ਹੋਏ, ਚਾਰਜਸ਼ੀਟ 'ਤੇ ਹੋ ਗਿਆ। ਇਹਨਾਂ ਨੇ 4 ਮਹੀਨਿਆਂ 'ਚ ਕਿਹੜਾ ਤੀਰ ਮਾਰਿਆ ਜਿਹੜਾ ਇਹ ਕਹਿੰਦੇ ਕਿ ਅਸੀਂ ਸਾਡੇ ਕਰਕੇ ਇਹ ਫੈਸਲਾ ਆ ਗਿਆ? ਬਿਲਕੁਲ ਨਹੀਂ ਆਇਆ, ਜਨਤਾ ਜਾਣਦੀ ਹੈ, ਝੂਠ ਨਾ ਬੋਲੋ, ਜਨਤਾ ਇਸੇ ਗੱਲ 'ਤੇ ਤੁਹਾਨੂੰ ਨਕਾਰੇਗੀ। ਤੁਹਾਡਾ ਜਿਹੜਾ ਉਸ ਸਿੱਟ ਦਾ ਮੈਂਬਰ, ਜਿਹੜਾ ਹਿੰਦੀ ਬੋਲਣ ਵਾਲਾ ਵਿਅਕਤੀ, ਹਿੰਦੀ ਭਾਸ਼ਾ ਹੀ ਜਿਹਨਾਂ ਨੇ ਪੰਜਾਬ 'ਚ ਆ ਕੇ ਲੋਕਾਂ ਨੇ ਉਹਨੂੰ ਪਿਆਰ ਦਿੱਤਾ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ, ਔਰ ਉਹ MLA ਬਣੇ, ਇਹ ਉਹ ਅੰਮ੍ਰਿਤਸਰ ਦੀ ਧਰਤੀ ਤੋਂ ਬਣੇ, ਔਰ ਜਿਹੜਾ ਉਹ ਬਾਈਬਲ ਕਲਾਂ ਅਤੇ ਉਹ ਬੇਅਦਬੀ ਮਾਮਲੇ ਦੀ ਸਾਰੀ, ਮੈਂ ਸਮਝਦਾ ਕਿ ਮੈਨੂੰ ਉਨੀ ਨੌਲੇਜ ਨਹੀਂ ਹੈ ਬੀਂਗ ਏ ਗੁਰਸਿੱਖ, ਤੁਹਾਨੂੰ ਉਹ ਤੱਥ ਨਹੀਂ ਪਤਾ ਹੋਣੇ, ਬਿਲਕੁਲ ਹੀ ਨੋਜ਼ ਦੈਟ ਤੱਥ, ਬਿਲਕੁਲ ਜਾਂ ਮੇਰੇ ਹੋ ਸਕਦਾ ਕਈ ਗੱਲਾਂ 'ਤੇ ਕੁੰਵਰ ਵਿਜੇ ਪ੍ਰਤਾਪ ਜੀ ਨਾਲ ਵਿਰੋਧ ਹੋਵੇ ਕੱਲ ਨੂੰ, ਲੇਕਿਨ ਉਹ ਬੰਦਾ ਜਦੋਂ ਪੰਜਾਬ ਦੇ ਵਿੱਚ ਕੋਈ ਵਿਅਕਤੀ, ਨਾ ਕਾਂਗਰਸੀ, ਨਾ ਅਕਾਲੀ, ਨਾ ਭਾਜਪਾਈ, ਨਾ ਆਮ ਆਦਮੀ ਪਾਰਟੀ ਦੇ 92 ਚੁਣੇ ਲੋਕ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਇਨਸਾਫ ਦਵਾਵਾਂਗੇ, ਕਿਸੇ ਨੇ ਗੱਲ ਨਹੀਂ ਕੀਤੀ। ਉਸ ਬੰਦੇ ਨੇ ਉੱਠ ਕੇ ਕਿਹਾ, ਸਪੀਕਰ ਨੂੰ ਕਿਹਾ, ਜਿਹੜਾ ਕਿ ਗੁਰਸਿੱਖ ਬੰਦਾ ਹੈ, ਬਿਲਕੁਲ ਗੁਰਸਿੱਖ ਬੰਦਾ, ਅੰਮ੍ਰਿਤਧਾਰੀ ਬੰਦਾ, ਕਿਹਾ ਮੈਨੂੰ 10 ਮਿੰਟ ਚਾਹੀਦੇ। 70 ਲੱਖ ਰੁਪਇਆ ਅਸੀਂ ਇੱਕ ਵਿਧਾਨ ਸਭਾ 'ਤੇ ਲਾਉਣੇ ਇੱਕ ਦਿਨ ਦਾ, ਕੀ 10 ਮਿੰਟ ਬਗਰਾੜੀ, ਬਾਈਬਲ ਕਲਾ ਜਾਂ ਬੇਅਦਬੀ 'ਤੇ ਬੋਲਣ ਨੂੰ ਸਾਨੂੰ ਕੁੰਵਰ ਵਿਜੇ ਪ੍ਰਤਾਪ ਨੂੰ ਨਹੀਂ ਦੇਣੇ ਚਾਹੀਦੇ ਸੀ? ਔਰ ਆਪੋਜੀਸ਼ਨ ਦੇ ਸਾਡੇ ਲੀਡਰ ਨੇ ਖੜੇ ਹੋ ਕੇ ਕਿਹਾ ਕਿ ਪਲੀਜ਼ ਗਿਵ ਅ 10 ਮਿੰਟਸ, ਅਸੀਂ ਚਾਹੁੰਦੇ ਹਾਂ ਕਿ ਉਹਨੂੰ 10 ਮਿੰਟ ਦਿਓ। ਕੀ ਫਰਕ ਪੈਂਦਾ ਜੇ ਬਾਈਬਲ ਕਲਾ 'ਤੇ ਤੁਸੀਂ 10 ਮਿੰਟ ਦਿਓ, ਟਾਈਮ ਵਧਾ ਲਿੱਤਾ ਜਾਵੇ, ਜੇ 6 ਵਜੇ ਤੱਕ ਕਾਰਵਾਈ ਚੱਲਣੀ ਤਾਂ 7 ਵਜੇ 'ਤੇ ਹੀ ਜੀ। ਇਸ ਗੁਰੂ ਤੋਂ ਵੱਡਾ ਮੁੱਦਾ ਤਾਂ ਕੋਈ ਨਹੀਂ ਹੈ। ਲੈਟ ਕੁੰਵਰ ਵਿਜੇ ਪ੍ਰਤਾਪ ਸਪੀਕ ਔਨ ਦੈਟ ਇਸ਼ੂ, ਕਿ ਕੀ ਤੱਥ ਰਹਿ ਗਏ ਨੇ, ਸੁਣੋ। ਐਂਡ ਆਪੋਜੀਸ਼ਨ ਨੂੰ ਸੁਣ ਦੇ ਨਾਲ, ਔਰ ਖਾਸ ਕਰਕੇ ਸਾਥੀਆਂ ਨੂੰ ਸੁਣ ਦੇ ਨਾਲ, ਮੈਂ ਬਹੁਤ ਵਾਰੀ ਕੰਮ ਕਰਦਾ, ਮੇਰੀ ਬੇਟੀ ਆ ਕੇ ਮੈਨੂੰ ਸਮਝਾਉਂਦੀ ਹੈ ਕਿ ਨਹੀਂ ਪਾਪਾ ਗਲਤ ਕਰ ਰਹੇ ਹੋ, ਮੇਰਾ ਬੰਦਾ ਸਮਝਾਉਂਦਾ ਆ ਕੇ। ਤੁਹਾਨੂੰ ਸੁਣ ਦਾ ਮਾਦਾ ਹੋਣਾ ਚਾਹੀਦਾ, ਮੈਂ ਰੋਜ਼ ਗਲਤੀਆਂ ਕਰਦਾ ਯਾਰ। ਐਂਡ ਜੇ ਉਹਦੇ ਕੋਲ ਕੋਈ ਤੱਥ ਸਨ, ਤੁਹਾਡਾ MLA, ਪਲੀਜ਼ ਡੋਂਟ ਇਗਨੋਰ ਹਿਮ, ਪਰ ਐਵੇਂ ਫਾਲਤੂ ਗੱਲ ਨਾ ਕਰੋ ਕਿ ਅਸੀਂ 3 ਮਹੀਨਿਆਂ 'ਚ ਇਨਸਾਫ ਦਵਾਤਾ, ਤੁਸੀਂ ਹਰ ਚੀਜ਼ ਨੂੰ ਆਪਦੇ ਹੱਥਾਂ ਦੇ ਵਿੱਚ ਐਂ ਬੰਦ ਕਰ ਲਿਆ, ਹੁਣ ਤੁਸੀਂ ਕਹਿੰਦੇ ਬਈ ਕਹਿ ਦਿਓ ਮੈਂ ਕਹਿਤਾ ਹੈ।